ਨਮਸਕਾਰ, ਇਹ ਆਕਾਸ਼ਵਾਣੀ ਜਲੰਧਰ ਹੈ। ਖਬਰਾਂ ਦੇ ਬੁਲੇਟਿਨ ਨਾਲ ਮੈਂ ਅਮਨ ਦੇਵ। ਪਹਿਲਾਂ ਚੋਣਵੀਆਂ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਲ ਕੇ ਬਰੂਨਈ ਤੇ ਸਿੰਗਾਪੁਰ ਦੇ 3 ਦਿਨਾਂ ਦੌਰੇ ਤੇ ਜਾਣਗੇ। ਪ੍ਰਧਾਨ ਮੰਤਰੀ ਮੋਦੀ ਨੇ ਆਂਧਰਾ ਪ੍ਰਦੇਸ਼ ਅਤੇ ਤੇਲੰਗਾਨਾ ਦੇ ਮੁੱਖ ਮੰਤਰੀਆਂ ਨੂੰ ਉਨ੍ਹਾਂ ਦੇ ਰਾਜਾਂ ਵਿਚ ਭਾਰੀ ਮੀਂਹ ਦੇ ਸੰਕਟ ਨਾਲ ਨਿਪਟਣ ਲਈ ਕੇਂਦਰ ਤੋਂ ਹਰ ਸੰਭਵ ਮਦਦ ਦਾ ਭਰੋਸਾ ਦੁਆਇਆ ਹੈ। ਪ੍ਰਧਾਨ ਮੰਤਰੀ ਅੱਜ ਨਵੀਂ ਦਿੱਲੀ ਵਿਚ ਬੀਜੇਪੀ ਹੈੱਡਕੁਆਟਰ ਤੋਂ ਪਾਰਟੀ ਦੀ ਮੈਂਬਰਸ਼ਿਪ ਮੁਹਿੰਮ ਦੀ ਸ਼ੁਰੂਆਤ ਕਰਨਗੇ ਤੇ ਅਗਸਤ ਮਹੀਨੇ ਵਿਚ GST ਵਸੂਲੀ 2.25 ਲੱਖ ਰੁਪਏ ਰਹੀ ਹੈ, ਜੋ ਪਿਛਲੇ ਸਾਲ ਦੇ ਇਸੇ ਮਹੀਨੇ ਦੇ ਮੁਕਾਬਲੇ 10% ਜ਼ਿਆਦਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਲ ਕੇ ਬਰੂਨੇਈ ਅਤੇ ਸਿੰਗਾਪੁਰ ਦੇ 3 ਦਿਨਾਂ ਦੌਰੇ ਤੇ ਜਾਣਗੇ। ਅੱਜ ਨਵੀਂ ਦਿੱਲੀ ਵਿਚ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਸਕੱਤਰ ਪੂਰਬ ਜੈਦੀਪ ਮਜ਼ੂਮਦਾਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਬਰੂਨਈ ਦੇ ਸੁਲਤਾਨ ਹਾਜੀ ਹਸਨ ਅਲ ਬੋਲਕੀਆ ਦੇ ਸੱਦੇ ਤੇ 3 ਤੇ 4 ਸਤੰਬਰ ਨੂੰ ਬਰੂਨਈ ਦਾ ਦੌਰਾ ਕਰਨਗੇ। ਉਨਾਂ ਕਿਹਾ ਕਿ ਕਿਸੇ ਭਾਰਤੀ ਪ੍ਰਧਾਨ ਮੰਤਰੀ ਦੀ ਬਰੂਨਈ ਦੀ ਇਹ ਪਹਿਲੀ ਦਵੱਲੀ ਯਾਤਰਾ ਹੋਏਗੀ। ਇਹ ਦੌਰਾ ਭਾਰਤ ਤੇ ਬਰੂਨਈ ਦਰਮਿਆਨ ਕੂਟਨੀਤਿਕ ਸਬੰਧਾਂ ਦੀ ਸਥਾਪਨਾ ਦੀ 40ਵੀਂ ਵਰੇਗੰਢ ਮੌਕੇ ਹੋ ਰਿਹਾ ਹੈ। ਸ੍ਰੀ ਮਜ਼ੂਮਦਾਰ ਨੇ ਦਸਿਆ ਕਿ ਸੁਲਤਾਨ ਹਾਜੀ ਹਸਨ ਅਲ ਬੋਲਕੀਆ ਨੇ 1992 ਤੇ 2008 ਵਿਚ ਭਾਰਤ ਦਾ ਸਰਕਾਰੀ ਦੌਰਾ ਕੀਤਾ ਸੀ ਅਤੇ 2012 ਤੇ 2018 ਵਿਚ ਆਸੀਆਨ ਭਾਰਤ ਯਾਦਗਾਰੀ ਸੰਮੇਲਨਾਂ ਵਿਚ ਸ਼ਿਰਕਤ ਕੀਤੀ ਸੀ। ਦੌਰੇ ਦੌਰਾਨ ਪ੍ਰਧਾਨ ਮੰਤਰੀ ਮੋਦੀ ਦਵੱਲੇ ਸਬੰਧਾਂ ਦੇ ਸਾਰੇ ਪਹਿਲੂਆਂ ਤੇ ਵਿਚਾਰ ਵਟਾਂਦਰਾ ਕਰਨਗੇ। ਭਾਰਤ ਬਰੂਨਈ ਨਾਲ ਨਿੱਘੇ ਤੇ ਦੋਸਤਾਨਾ ਸਬੰਧ ਸਾਂਝੇ ਕਰਦਾ ਹੈ, ਜਿਸ ਵਿਚ ਕਈ ਖੇਤਰਾਂ ਵਿਚ ਰੱਖਿਆ, ਵਪਾਰ ਤੇ ਨਿਵੇਸ਼, ਊਰਜਾ, ਪੁਲਾੜ ਤਕਨਾਲੋਜੀ, ਸਿਹਤ, ਸਮਰੱਥਾ ਨਿਰਮਾਣ, ਸਭਿਆਚਾਰ ਅਤੇ ਲੋਕਾਂ ਦਰਮਿਆਨ ਆਦਾਨ ਪ੍ਰਦਾਨ ਸ਼ਾਮਲ ਨੇ। ਸ੍ਰੀ ਮਜ਼ੂਮਦਾਰ ਨੇ ਕਿਹਾ ਕਿ ਬਰੂਨਈ ਵਿਚ ਭਾਰਤੀ ਪ੍ਰਵਾਸੀ ਲੋਕਾਂ ਦੀ ਗਿਣਤੀ ਲਗਭਗ 14,000 ਹੈ, ਜਿਸ ਵਿਚ ਡਾਕਟਰਾਂ ਅਤੇ ਅਧਿਆਪਕਾਂ ਦੀ ਕਾਫ਼ੀ ਗਿਣਤੀ ਸ਼ਾਮਲ ਹੈ, ਜਿਨ੍ਹਾਂ ਨੇ ਬਰੂਨਈ ਦੀ ਆਰਥਿਕਤਾ ਅਤੇ ਸਮਾਜ ਵਿਚ ਆਪਣੇ ਯੋਗਦਾਨ ਲਈ ਸਦਭਾਵਨਾ ਅਤੇ ਸਨਮਾਨ ਹਾਸਲ ਕੀਤਾ ਹੈ। ਉਨਾਂ ਅੱਗੇ ਕਿਹਾ ਕਿ ਭਾਰਤ ਨੂੰ ਆਪਣੇ ਪੁਲਾੜ ਪ੍ਰੋਗਰਾਮ ਵਿਚ ਬਰੂਨਈ ਤੋਂ ਲਾਹੇਵੰਦ ਸਮਰਥਨ ਪ੍ਰਾਪਤ ਹੋਇਆ ਅਤੇ ਰੱਖਿਆ ਖੇਤਰ ਦੁਵੱਲੇ ਸਹਿਯੋਗ ਦਾ ਇਕ ਹੋਰ ਮਹੱਤਵਪੂਰਨ ਥੰਮ ਹੈ। ਉਨਾਂ ਜ਼ੋਰ ਦੇ ਕੇ ਕਿਹਾ ਕਿ ਬਰੂਨਈ ਭਾਰਤ ਦੀ ਐਕਟ ਈਸਟ ਨੀਤੀ ਅਤੇ ਹਿੰਦ ਪ੍ਰਸ਼ਾਂਤ ਲਈ ਇਸ ਦੀ ਦ੍ਰਿਸ਼ਟੀ ਵਿਚ ਇਕ ਮਹੱਤਵਪੂਰਨ ਭਾਈਵਾਲ ਹੈ। ਆਪਣੇ ਦੌਰੇ ਦੇ ਦੂਜੇ ਪੜਾਅ ਤੇ ਪ੍ਰਧਾਨ ਮੰਤਰੀ ਸਿੰਗਾਪੁਰ ਦੇ ਆਪਣੇ ਹਮਰੁਤਬਾ ਲਾਰੈਂਸ ਵੋਂਗ ਦੇ ਸੱਦੇ ਤੇ 4 ਤੇ 5 ਸਤੰਬਰ ਨੂੰ ਸਿੰਗਾਪੁਰ ਜਾਣਗੇ। ਦੋਵੇਂ ਨੇਤਾ ਭਾਰਤ ਸਿੰਗਾਪੁਰ ਰਣਨੀਤਿਕ ਭਾਈਵਾਲ ਦੀ ਪ੍ਰਗਤੀ ਦੀ ਸਮੀਖਿਆ ਕਰਨਗੇ ਅਤੇ ਆਪਸੀ ਹਿੱਤ ਤੇ ਖੇਤਰੀ ਅਤੇ ਵਿਸ਼ਵ ਮੁੱਦਿਆਂ ਬਾਰੇ ਵਿਚਾਰਾਂ ਦਾ ਆਦਾਨ ਪ੍ਰਦਾਨ ਕਰਨਗੇ। ਸ੍ਰੀ ਮਜ਼ੂਮਦਾਰ ਨੇ ਦਸਿਆ ਕਿ ਪ੍ਰਧਾਨ ਮੰਤਰੀ ਮੋਦੀ ਕਰੀਬ 6 ਸਾਲਾਂ ਬਾਅਦ ਸਿੰਗਾਪੁਰ ਦਾ ਦੌਰਾ ਕਰ ਰਹੇ ਨੇ। ਉਨਾਂ ਅੱਗੇ ਕਿਹਾ ਕਿ ਇਹ ਦੌਰਾ ਅਜਿਹੇ ਸਮੇਂ ਹੋ ਰਿਹੈ ਜਦੋਂ ਸਿੰਗਾਪੁਰ ਵਿਚ ਇਕ ਨਵੇਂ ਨੇਤਾ ਪ੍ਰਧਾਨ ਮੰਤਰੀ ਲਾਰੈਂਸ ਵੋਂਗ ਨੇ ਅਹੁਦਾ ਸੰਭਾਲ ਲਿਆ ਹੈ। ਉਨਾਂ ਕਿਹਾ ਕਿ ਇਹ ਭਾਰਤ ਸਿੰਗਾਪੁਰ ਸਬੰਧਾਂ ਦੇ ਅਗਲੇ ਪੜਾਅ ਲਈ ਢੁਕਵਾਂ ਪਲ ਹੈ। ਸ੍ਰੀ ਮਜ਼ੂਮਦਾਰ ਨੇ ਅੱਗੇ ਕਿਹਾ ਕਿ ਦੋਹਾਂ ਦੇਸ਼ਾਂ ਦਰਮਿਆਨ ਦਵੱਲੇ ਸਬੰਧਾਂ ਦਾ ਵਿਕਾਸ ਹੋਇਆ ਜੋ ਕਿ ਵੱਖ ਵੱਖ ਖੇਤਰਾਂ ਨੂੰ ਸ਼ਾਮਲ ਕਰਨ ਵਾਲੀ ਗਤੀਸ਼ੀਲ ਰਣਨੀਤਿਕ ਭਾਈਵਾਲੀ ਨੂੰ ਦਰਸਾਉਂਦਾ ਹੈ। ਭਾਰਤ ਦਾ ਸਿੰਗਾਪੁਰ ਨਾਲ ਮਜ਼ਬੂਤ ਰੱਖਿਆ ਸਹਿਯੋਗ ਹੈ ਅਤੇ ਵਪਾਰ ਤੇ ਨਿਵੇਸ਼ ਵਿਚ ਨਿਰੰਤਰ ਵਾਧਾ ਹੋਇਆ ਹੈ। ਸਿੰਗਾਪੁਰ ਆਸੀਆਨ ਵਿਚ ਭਾਰਤ ਦਾ ਸਭ ਤੋਂ ਵੱਡਾ ਵਪਾਰਕ ਭਾਈਵਾਲ ਹੈ ਅਤੇ ਸਿੱਧੇ ਵਿਦੇਸ਼ੀ ਨਿਵੇਸ਼ ਦਾ ਇਕ ਪ੍ਰਮੁੱਖ ਸਰੋਤ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਂਧਰਾ ਪ੍ਰਦੇਸ਼ ਅਤੇ ਤੇਲੰਗਾਨਾ ਦੇ ਮੁੱਖ ਮੰਤਰੀਆਂ ਨੂੰ ਉਨ੍ਹਾਂ ਦੇ ਰਾਜਾਂ ਵਿਚ ਭਾਰੀ ਮੀਂਹ ਦੇ ਸੰਕਟ ਨਾਲ ਨਿਪਟਣ ਲਈ ਕੇਂਦਰ ਤੋਂ ਹਰ ਸੰਭਵ ਸਹਾਇਤਾ ਦਾ ਭਰੋਸਾ ਦਿੱਤਾ ਹੈ।
ਅਧਿਕਾਰੀਆਂ ਨੇ ਦਸਿਆ ਕਿ ਸ੍ਰੀ ਮੋਦੀ ਨੇ ਭਾਰੀ ਮੀਂਹ ਅਤੇ ਹੜਾਂ ਦੇ ਮੱਦੇਨਜ਼ਰ ਦੋਵਾਂ ਰਾਜਾਂ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਐਨ ਚੰਦਰ ਬਾਬੂ ਨਾਇਡੂ ਅਤੇ ਤੇਲੰਗਾਨਾ ਦੇ ਮੁੱਖ ਮੰਤਰੀ ਏ ਰੇਵੰਤ ਰੈਡੀ ਨਾਲ ਫੋਨ ਤੇ ਗੱਲਬਾਤ ਕੀਤੀ ਹੈ। ਹੈਦਰਾਬਾਦ ਸਮੇਤ ਤੇਲੰਗਾਨਾ ਦੇ ਕਈ ਹਿੱਸਿਆਂ ਵਿਚ ਕੱਲ੍ਹ ਵੀ ਭਾਰੀ ਬਾਰਿਸ਼ ਜਾਰੀ ਰਹੀ। ਤੇਲੰਗਾਨਾ ਵਿਚ ਅੱਜ ਸਾਰੇ ਪ੍ਰਾਇਮਰੀ ਅਤੇ ਸੈਕੰਡਰੀ ਸਕੂਲ ਬੰਦ ਰੱਖੇ ਗਏ ਨੇ। ਹੈਦਰਾਬਾਦ ਦੇ ਜ਼ਿਲ੍ਹਾ ਕਲੈਕਟਰ ਨੇ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸਾਵਧਾਨੀ ਦੇ ਤੌਰ ਤੇ ਸਕੂਲ ਬੰਦ ਰੱਖਣ ਦਾ ਐਲਾਨ ਕੀਤਾ ਹੈ। ਆਂਧਰਾ ਪ੍ਰਦੇਸ਼ ਵਿਚ ਪਿਛਲੇ ਦੋ ਦਿਨਾਂ ਵਿਚ ਹੋਈ ਭਾਰੀ ਬਾਰਿਸ਼ ਨਾਲ ਕਈ ਥਾਵਾਂ ਖਾਸ ਕਰਕੇ ਵਿਜੇਵਾੜਾ ਅਤੇ ਆਲੇ ਦੁਆਲੇ ਦੇ ਇਲਾਕਿਆਂ ਚ ਜਨਜੀਵਨ ਪ੍ਰਭਾਵਿਤ ਹੋਇਆ ਹੈ। ਹੁਣ ਤੱਕ ਰਾਜ ਭਰ ਵਿਚ ਮੀਂਹ ਤੋਂ ਪ੍ਰਭਾਵਿਤ 17,000 ਲੋਕਾਂ ਨੂੰ ਸੁਰੱਖਿਅਤ ਕੱਢਿਆ ਗਿਆ ਹੈ। ਹੜ੍ਹ ਰਾਹਤ ਅਤੇ ਬਚਾਅ ਕਾਰਜਾਂ ਲਈ NDRF ਦੀਆਂ 26 ਟੀਮਾਂ ਤਾਇਨਾਤ ਕੀਤੀਆਂ ਗਈਆਂ ਨੇ। ਕੇਂਦਰੀ ਗ੍ਰਹਿ ਮੰਤਰਾਲੇ ਨੇ ਗੁਜਰਾਤ ਵਿਚ ਮੀਂਹ ਅਤੇ ਹੜ੍ਹਾਂ ਕਾਰਨ ਹੋਏ ਨੁਕਸਾਨ ਦਾ ਮੁਲਾਂਕਣ ਕਰਨ ਲਈ ਆਫ਼ਤਾਂ ਸਮੇਂ ਪ੍ਰਬੰਧ ਬਾਰੇ ਰਾਸ਼ਟਰੀ ਸੰਸਥਾ ਦੇ ਐਗਜ਼ੀਕਿਊਟਿਵ ਡਾਇਰੈਕਟਰ ਦੀ ਅਗਵਾਈ ਵਿਚ ਇਕ ਅੰਤਰ ਮੰਤਰਾਲਾ ਕੇਂਦਰੀ ਟੀਮ IMCT ਦਾ ਗਠਨ ਕੀਤਾ ਹੈ। ਅੰਤਰ ਮੰਤਰਾਲਾ ਕੇਂਦਰੀ ਟੀਮ ਜਲਦੀ ਹੀ ਰਾਜ ਦੇ ਹੜ੍ਹ ਪ੍ਰਭਾਵਿਤ ਜ਼ਿਲ੍ਹਿਆਂ ਦਾ ਦੌਰਾ ਕਰੇਗੀ। ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਜਲੰਧਰ ਤੋਂ ਸੁਣ ਰਹੇ ਹੋ। ਮਣੀਪੁਰ ਵਿਚ ਕੱਲ੍ਹ ਇੰਫਾਲ ਪੱਛਮੀ ਜ਼ਿਲ੍ਹੇ ਵਿਚ ਕੁਕੀ ਅੱਤਵਾਦੀਆਂ ਵੱਲੋਂ ਡਰੋਨ ਬੰਬਾਂ ਅਤੇ ਆਧੁਨਿਕ ਹਥਿਆਰਾਂ ਨਾਲ ਕੋਚੁਕ ਪਿੰਡ ਵਾਸੀਆਂ ਤੇ ਹਮਲੇ ਚ ਇਕ 31 ਸਾਲਾ ਔਰਤ ਸਮੇਤ ਦੋ ਲੋਕਾਂ ਦੀ ਮੌਤ ਹੋ ਗਈ। ਪੁਲਿਸ ਨੇ ਦਸਿਆ ਕਿ ਔਰਤ ਜਿਸ ਦੀ ਪਛਾਣ ਨਗਾਂਗਬਮ ਸੁਰਬਾਲਾ ਵਜੋਂ ਹੋਈ ਹੈ, ਹਮਲੇ ਚ ਗੋਲੀ ਲੱਗਣ ਕਾਰਨ ਦਮ ਤੋੜ ਗਈ। ਜ਼ਖਮੀਆਂ ਵਿਚ ਔਰਤ ਦੀ 8 ਸਾਲਾ ਧੀ ਅਤੇ ਦੋ ਪੁਲਿਸ ਮੁਲਾਜ਼ਮ ਸ਼ਾਮਲ ਨੇ। ਗ੍ਰਹਿ ਵਿਭਾਗ ਨੇ ਕਿਹਾ ਕਿ ਕੁੱਕੀ ਅੱਤਵਾਦੀਆਂ ਵੱਲੋਂ ਨਿਹੱਥੇ ਪਿੰਡ ਵਾਸੀਆਂ ਉਪਰ ਹਮਲੇ ਨੂੰ ਰਾਜ ਸਰਕਾਰ ਵੱਲੋਂ ਸੂਬੇ ਵਿਚ ਸ਼ਾਂਤੀ ਸਥਾਪਤ ਕਰਨ ਲਈ ਕੀਤੇ ਜਾ ਰਹੇ ਯਤਨਾਂ ਨੂੰ ਪਟੜੀ ਤੋਂ ਲਾਉਣ ਦੀ ਕੋਸ਼ਿਸ਼ ਵਜੋਂ ਦੇਖਿਆ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਦੁਪਹਿਰ ਬਾਅਦ ਨਵੀਂ ਦਿੱਲੀ ਚ ਪਾਰਟੀ ਹੈੱਡਕੁਆਟਰ ਤੋਂ BJP ਦੀ ਮੈਂਬਰਸ਼ਿਪ ਮੁਹਿੰਮ ਦੀ ਸ਼ੁਰੂਆਤ ਕਰਨਗੇ। ਇਹ ਮੁਹਿੰਮ ਨਵੇਂ ਮੈਂਬਰਾਂ ਨੂੰ ਭਰਤੀ ਕਰਨ ਅਤੇ ਮੌਜੂਦਾ ਮੈਂਬਰਾਂ ਦੀ ਮੈਂਬਰਸ਼ਿਪ ਨਿਵਾਉਣ ਤੇ ਕੇਂਦਰਿਤ ਰਹੇਗੀ। ਸ੍ਰੀ ਮੋਦੀ ਪਾਰਟੀ ਪ੍ਰਧਾਨ JP ਨੱਡਾ ਤੋਂ ਆਪਣੀ ਮੈਂਬਰਸ਼ਿਪ ਦੇ ਨਵੀਨੀਕਰਨ ਲਈ ਪ੍ਰਮਾਣ ਪੱਤਰ ਪ੍ਰਾਪਤ ਕਰਨਗੇ। ਇਹ ਮੁਹਿੰਮ ਅੱਜ ਤੋਂ 10 ਨਵੰਬਰ ਤੱਕ ਚੱਲੇਗੀ। ਇਸ ਮੈਂਬਰਸ਼ਿਪ ਮੁਹਿੰਮ ਦਾ ਪਹਿਲਾ ਗੇੜ ਇਸ ਮਹੀਨੇ ਦੀ 25 ਤਰੀਕ ਨੂੰ ਖਤਮ ਹੋਏਗਾ। ਸਾਡੇ ਪੱਤਰਕਾਰ ਨੇ ਖ਼ਬਰ ਦਿੱਤੀ ਹੈ ਕਿ ਭਾਜਪਾ ਨੇ ਚੋਣਾਂ ਵਾਲੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਛੱਡ ਕੇ ਦੇਸ਼ ਭਰ ਵਿਚ ਆਪਣੀ ਮੈਂਬਰਸ਼ਿਪ ਮੁਹਿੰਮ ਦੇ ਹਿੱਸੇ ਵਜੋਂ ਘੱਟੋ ਘੱਟ 10 ਕਰੋੜ ਨਵੇਂ ਮੈਂਬਰਾਂ ਨੂੰ ਭਰਤੀ ਕਰਨ ਦਾ ਟੀਚਾ ਰਖਿਆ ਹੈ। ਅਗਸਤ ਮਹੀਨੇ ਵਿਚ ਵਸਤੂ ਤੇ ਸੇਵਾ ਟੈਕਸ GST ਵਸੂਲੀ 2.25 ਲੱਖ ਕਰੋੜ ਰੁਪਏ ਰਹੀ, ਜੋ ਪਿਛਲੇ ਸਾਲ ਦੇ ਇਸੇ ਮਹੀਨੇ ਦੇ 1.59 ਲੱਖ ਕਰੋੜ ਦੇ ਮੁਕਾਬਲੇ 10% ਜ਼ਿਆਦਾ ਹੈ। ਕੇਂਦਰ ਸਰਕਾਰ ਨੇ ਰਿਫੰਡ ਐਡਜਸਟ ਕਰਨ ਤੋਂ ਪਹਿਲਾਂ 30,862 ਕਰੋੜ ਰੁਪਏ ਇਕੱਠੇ ਕੀਤੇ, ਜਦੋਂ ਕਿ ਸੂਬਿਆਂ ਨੇ 38,411 ਕਰੋੜ ਰੁਪਏ ਇਕੱਤਰ ਕੀਤੇ। ਦਰਾਮਦ ਅਤੇ ਅੰਤਰਰਾਜੀ ਵਿਕਰੀ ਤੇ ਏਕੀਕ੍ਰਿਤ GST IGST ਵਸੂਲੀ 93,261 ਕਰੋੜ ਰੁਪਏ ਸੀ। ਘਰੇਲੂ ਲੈਣ ਦੇਣ ਤੋਂ ਕੁੱਲ GST ਮਾਲੀਆ 9.2% ਵੱਧ ਕੇ ਲਗਭਗ 1.25 ਲੱਖ ਕਰੋੜ ਰੁਪਏ ਹੋ ਗਿਆ ਹੈ। ਮਾਲ ਦੀ ਦਰਾਮਦ ਤੋਂ ਆਮਦਨ ਪਿਛਲੇ ਸਾਲ ਦੇ ਅੰਕੜਿਆਂ ਦੇ ਮੁਕਾਬਲੇ 12.1% ਵੱਧ ਕੇ 49,976 ਕਰੋੜ ਰੁਪਏ ਹੋ ਗਈ ਹੈ। ਅਗਸਤ ਤੱਕ ਕੁੱਲ GST ਮਾਲੀਆ 8.07 ਲੱਖ ਕਰੋੜ ਰੁਪਏ ਰਿਹਾ, ਜੋ ਪਿਛਲੇ ਸਾਲ ਦੇ ਮੁਕਾਬਲੇ 10.2% ਵੱਧ ਹੈ। ਇਹ ਰਿਪੋਰਟਾਂ ਕਿ ਕੌਸ਼ਲ ਭਾਰਤ ਕੁਸ਼ਲ ਭਾਰਤ ਯੋਜਨਾ ਤਹਿਤ ਗਾਹਕ ਸੇਵਾ ਪ੍ਰਤੀਨਿਧੀ ਨਿਯੁਕਤ ਕੀਤੇ ਜਾਣਗੇ ਤੇ ਉਨ੍ਹਾਂ ਨੂੰ 28,000 ਰੁਪਏ ਦਾ ਮਾਣ ਭੱਤਾ ਦਿੱਤਾ ਜਾਏਗਾ ਝੂਠੀਆਂ ਨੇ। ਸੂਚਨਾ ਤੇ ਪ੍ਰਸਾਰਣ ਮੰਤਰਾਲੇ ਨੇ ਸੂਚਿਤ ਕੀਤਾ ਹੈ ਕਿ ਇਹ ਦਾਅਵਾ ਝੂਠਾ ਹੈ। ਮੰਤਰਾਲੇ ਨੇ ਇਸ ਦਾਅਵੇ ਤੋਂ ਵੀ ਇਨਕਾਰ ਕੀਤਾ ਕਿ ਨਿਯੁਕਤੀ ਤੋਂ ਪਹਿਲਾਂ 1,350 ਰੁਪਏ ਦੀ ਰਜਿਸਟ੍ਰੇਸ਼ਨ ਫੀਸ ਅਦਾ ਕਰਨੀ ਪਏਗੀ।
US ਓਪਨ ਵਿਚ ਮਰਦਾਂ ਦੇ ਡਬਲਸ ਵਿਚ ਭਾਰਤ ਦੀ ਮੁਹਿੰਮ ਤੀਜੇ ਗੇੜ ਵਿਚ ਰੋਹਨ ਬੋਪੰਨਾ ਅਤੇ ਉਸਦੇ ਆਸਟ੍ਰੇਲੀਆਈ ਜੋੜੀਦਾਰ ਮੈਥਿਊ ਐਬਡਨ ਦੀ ਹਾਰ ਨਾਲ ਖਤਮ ਹੋ ਗਈ ਹੈ। ਦੂਜਾ ਦਰਜਾ ਪ੍ਰਾਪਤ ਬੋਪੰਨਾ ਐਬਡਨ ਦੀ ਜੋੜੀ ਨੂੰ ਮੈਕਸੀਕੋ ਮੈਕਸੀਮੋ ਗੋਂਸਾਲੇਸ ਅਤੇ ਆਂਡਰੇਸ ਮੋਲਟੇਨੀ ਦੀ 16ਵਾਂ ਦਰਜਾ ਪ੍ਰਾਪਤ ਅਰਜਨਟੀਨਾ ਦੀ ਜੋੜੀ ਨੇ 1-6, 5-7 ਨਾਲ ਹਰਾਇਆ। ਸੁਮਿਤ ਨਾਗਲ ਸ਼ੁਰੂਆਤੀ ਗੇੜ ਵਿਚ ਹਾਰ ਕੇ ਮਿਕਸ ਸਿੰਗਲਸ ਤੋਂ ਬਾਹਰ ਹੋ ਗਿਆ ਹੈ। ਬੋਪੰਨਾ ਦੀ ਇੰਡੋਨੇਸ਼ੀਆਈ ਜੋੜੀਦਾਰ ਅਲਡੀਲਾ ਸੁਤਿਆਦੀ ਨਾਲ ਮਿਕਸ ਡਬਲ ਮੁਕਾਬਲੇ ਚ ਚੁਣੌਤੀ ਹਾਲਾਂ ਵੀ ਬਰਕਰਾਰ ਹੈ। ਪੈਰਿਸ ਪੈਰਾਲੰਪਿਕਸ ਖੇਡਾਂ ਵਿਚ ਭਾਰਤੀ ਪੈਰਾ ਸ਼ਟਲਰ ਥੁਲਸਿਮਤੀ ਮੁਰਗੂਸੈਨ ਹਮਵਤਨ ਮਨੀਸ਼ਾ ਰਾਮਦਾਸ ਨੂੰ ਹਰਾ ਕੇ ਮਹਿਲਾ SU5 ਬੈਡਮਿੰਟਨ ਮੁਕਾਬਲੇ ਦੇ ਫਾਈਨਲ ਵਿਚ ਪਹੁੰਚ ਗਈ ਹੈ। ਮੁਰਗੇਸਨ ਨੇ ਸੈਮੀਫਾਈਨਲ ਵਿਚ 23-21-17 ਦੇ ਸਕੋਰ ਨਾਲ ਜਿੱਤ ਦਰਜ ਕੀਤੀ। ਇਸ ਜਿੱਤ ਨਾਲ ਮੁਰਗੇਸਨ ਨੇ ਆਪਣੇ ਲਈ ਘੱਟੋ ਘੱਟ ਚਾਂਦੀ ਦਾ ਤਮਗਾ ਪੱਕਾ ਕਰ ਲਿਆ ਹੈ। ਫਾਈਨਲ ਚ ਉਸਦਾ ਮੁਕਾਬਲਾ ਚੀਨ ਦੀ ਯਾਂਗ ਕਿਊਸੀਆ ਨਾਲ ਹੋਏਗਾ। ਸੈਮੀਫਾਈਨਲ ਹਾਰ ਤੋਂ ਬਾਅਦ ਰਾਮਦਾਸ ਡੈਨਮਾਰਕ ਦੀ ਕੈਥਰੀਨ ਰੋਜ਼ਨਗ੍ਰੇਨ ਖਿਲਾਫ ਕਾਂਸੀ ਦੇ ਤਮਗੇ ਲਈ ਮੁਕਾਬਲਾ ਕਰੇਗੀ। ਤੀਰਅੰਦਾਜ਼ੀ ਵਿਚ ਵਿਸ਼ਵ ਨੰਬਰ 1 ਪੈਰਾ ਤੀਰਅੰਦਾਜ਼ ਰਾਕੇਸ਼ ਕੁਮਾਰ ਮਰਦਾਂ ਦੇ ਵਿਅਕਤੀਗਤ ਕੰਪਾਊਂਡ ਓਪਨ ਵਿਚ ਕਾਂਸੀ ਦੇ ਤਮਗੇ ਤੋਂ ਖੁੰਝ ਗਿਆ ਹੈ। ਉਹ ਚੀਨ ਦੇ ਹੀ ਜ਼ਿਆਓ ਤੋਂ ਸਿਰਫ 1 ਅੰਕ ਨਾਲ 146-47 ਨਾਲ ਹਾਰ ਗਿਆ। ਅੰਤ ਵਿਚ ਚੋਣਵੀਆਂ ਖ਼ਬਰਾਂ ਇਕ ਵਾਰ ਫਿਰ ਸੁਣ ਲਓ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਲਕੇ ਬਰੁਨੇਈ ਤੇ ਸਿੰਗਾਪੁਰ ਦੇ 3 ਦਿਨਾਂ ਦੌਰੇ ਤੇ ਜਾਣਗੇ। ਸ੍ਰੀ ਮੋਦੀ ਨੇ ਆਂਧਰਾ ਪ੍ਰਦੇਸ਼ ਅਤੇ ਤੇਲੰਗਾਨਾ ਦੇ ਮੁੱਖ ਮੰਤਰੀਆਂ ਨੂੰ ਉਨ੍ਹਾਂ ਦੇ ਰਾਜਾਂ ਵਿਚ ਭਾਰੀ ਮੀਂਹ ਦੇ ਸੰਕਟ ਨਾਲ ਨਿਪਟਣ ਲਈ ਕੇਂਦਰ ਤੋਂ ਹਰ ਸੰਭਵ ਸਹਾਇਤਾ ਦਾ ਭਰੋਸਾ ਦਿੱਤਾ ਹੈ। ਸ੍ਰੀ ਮੋਦੀ ਅੱਜ ਨਵੀਂ ਦਿੱਲੀ ਚ ਬੀਜੇਪੀ ਹੈੱਡਕੁਆਟਰ ਤੋਂ ਪਾਰਟੀ ਦੀ ਮੈਂਬਰਸ਼ਿਪ ਮੁਹਿੰਮ ਦੀ ਸ਼ੁਰੂਆਤ ਕਰਨਗੇ ਤੇ ਅਗਸਤ ਮਹੀਨੇ ਵਿਚ GST ਵਸੂਲੀ 2.25 ਲੱਖ ਕਰੋੜ ਰੁਪਏ ਰਹੀ, ਜੋ ਪਿਛਲੇ ਸਾਲ ਦੇ ਇਸੇ ਮਹੀਨੇ ਦੇ ਮੁਕਾਬਲੇ 10% ਵੱਧ ਹੈ। ਇਸ ਦੇ ਨਾਲ ਹੀ ਆਕਾਸ਼ਵਾਣੀ ਜਲੰਧਰ ਤੋਂ ਖ਼ਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਨਮਸਕਾਰ।